too. You know me like the way I move it out. When it's a new villa spoon, let's miss it. Gamzi. मेरा सारा कि तुम बट्टी जमना हाथ से कोई शायद सुवाला दिन रुमाल लिया बड़ी होता है पूछ लेते हैं कि ये सब खावन की शायद तो थोड़ी जमा भी लाया लेसा अस्सलाम वालेकुम जी वालेकुम सलाम की हाल है चाचा जी ठीक ठाक अल्लाह का शुक्र है अपना कई शायद लाई जमने मैं भी थोड़ी दे दो जो मैं खा ले तो की हो जाती नहीं नहीं खावन की शायद नहीं है तेरे काम की शायद नहीं है ਐਵੇਂ ਮੇਰੇ ਕੰਮ ਦੀ ਸ਼ਾਇ ਨਹੀਂ ਮੈਨੂੰ ਪਤਾ ਤੋਸ਼ੇ ਲੈ ਕੇ ਆਉਂਦਾ ਪਿਆ ਨਹੀਂ ਨਹੀਂ ਮੇਰਾ ਪਤਾ ਤੋਸ਼ੇ ਨਹੀਂ ਲੈ ਜਾਂਦਾ ਹੋਰ ਕੀ ਹੈ ਮੈਂ ਕੋ ਹੋਰ ਚੀਜ਼ ਹੈ ਲੈ ਵੇਖ ਲਓ ਮੈਂ ਤੇਰਾ ਜਵਾਈ ਹਾਂ ਤੇਰੇ ਪੁੱਤਰਾਂ ਦੀ ਜਾਪ ਜਾ ਹਾਂ ਤੇ ਮੇਰੇ ਕੋਲ ਵੀ ਗੱਲ ਤੂੰ ਲੁਕਾਈ ਖੜੋਤਾ ਹੈ ਚੱਲ ਦੇ ਹਰ ਗੱਲ ਨਹੀਂ ਪੁੱਛੀ ਦੀ ਹੁੰਦੀ ਲੈ ਐਵੇਂ ਨਹੀਂ ਪੁੱਛੀ ਦੀ ਚੱਲ ਦੇ ਇੱਥੇ ਕਿ ਹੈ ਕੀ ਇਹ ਜਾਣਦਾ ਚੱਲ ਇੰਦਾ ਨਹੀਂ ਹੈ ਉਹ ਬੈਂਕ ਗਿਆ ਸੀ ਤੇ ਪੈਸੇ ਗਏ ਅੱਛਾ ਕਿੰਨੇ ਕਹਿਣ 5 ਲੱਖ ਰੁਪਈਆ पैसे घरे ना रखे चोरी चकार भी हो सकती बैंक चो घरे ले आके रखो उसे चलो चोरी तो नहीं होंगे घरे चोरी भी हो सकते मैं घरे शाम नु बंदा आ सी जिन को प्लाट लिया निकम्मा हो गया ये पैर नहीं पता ही अभी निकम्मा है जीव दी बैठा मुड़ हटके आखी निकम्मा आखी रख दे मैंने मारी रख दे अच्छा मैं बदनामी लेंदी पई हां और की करदी पई आ जांदा ना मेरे पास रमजी ते मैं ओनू दसेनी जा आवण दे ओनू बस टाला मेरे ते लाया रमजी सियाणा तेरे सोरे दे हाथ च 5 लाख रुपया है ओन दे विच अगर 2 लाख तू थुड़का लवे ना ते तेरा सीजन बनने हो जाना है तू 5-6 महीने सुख नाल आराम नाल चौड़ा होके खास नवे कपड़े नवीं जितियां जे फदीक है फदीक है बैटरी फुल लै गई आखरी स्टेज रह गई है गेम दी सुगरी टुगरी आ की है बंदा तेरा आया खड़ता है सलाह करनी चल तू दफा जा मैं तो आप सुन सा क्यों जावा अंदर नहीं चल नहीं पर असि आपको मां पुत्र सौ पर्दे की गल करनी होंगी मेरा जरा सोहरा है 5 लाख रुपया बैंक चो कटवा के ले आया हाय 5 लाख रुपया लिया सुपलाट लाऊं 5 लाख रुपया उस ले आंदा ही
ਤੇ ਪਲਾਟ ਲਊ ਏ ਚਾਰ ਮਰਲੇ ਦਾ ਤੇ 5 ਲੱਖ ਰੁਪਈਆ ਸ਼ਾਮ ਤਾਈ ਉਹਦੀ ਤਹਿਵੀਲ ਚ ਰਹਿਣਾ ਉਹਦੇ ਕੋਲ ਰਹਿਣਾ। ਮੈਂ ਨਾ ਇਸ ਤੋਂ ਪਹਿਲੇ ਕਿ 5 ਲੱਖ ਰੁਪਈਆ ਅਗਨ ਟਰਾਂਸਫਰ ਹੋਵੇ ਮੈਂ ਵਿੱਚ 2 ਕੁ ਲੱਖ ਰੁਪਈਏ ਥੁੜਕਾ ਲਵਾਂ ਤੇ ਆਪਦਾ ਕੋਈ ਖਰਚਾ ਪਾਣੀ ਬਣਾ ਲਵਾਂ ਜਾਂ ਕੋਈ ਕੰਮ ਸ਼ਾਮ ਲੱਗ ਜਾਵਾਂ ਕੋਈ ਰੁਪਈਏ ਹੋਰ ਬਣ ਜਾ। ਮੈਂ ਤੁਹਾਡੇ ਪੁੱਤਰ ਨੂੰ ਐਵੇਂ ਕਮਰਾ ਬਣਾਈ ਵਰਤੀ ਆ। ਮੇਰਾ ਪੁੱਤਰ ਤਾਂ ਇੱਕੀਆਂ ਅਕਲਾਂ ਵਾਲਾ ਏ ਤੇ ਸਿਆਣਾ ਏ। ਉਹ ਜਿਹੜਾ ਕੁੱਕੀ ਏ ਨਾ ਕੁੱਕੀ ਬੜਾ ਤੇਜ਼ ਆਈ, ਉਹ ਕਿਸੇ ਵੇਖ ਰੁਪਈਆ ਦੇ ਕੇ ਰਾਜ਼ੀ ਨਹੀਂ। ਮੇਰਾ ਸਹੁਰਾ ਕੰਜੂਸ ਮੱਖੀ ਚੂਸ ਹੈ, ਪੈਸੇ ਨੂੰ ਤੇ ਸਭ ਬਣ ਕੇ ਬਹਿ ਜਾਂਦਾ। ਕਿਸੇ ਟਾਈਮ ਮੈਂ 100-50 ਵੀ ਮੰਗ ਲਵਾਂ ਤਾਂ 2 ਲਾਨਤਾਂ ਪਾ ਦਸੀ ਫਰੀ ਦੇ ਵਿੱਚ ਤੇ ਉਹ ਨਹੀਂ ਨਹੀਂ ਕਿ 50 ਰੁਪਈਏ ਦੇ ਦੇਵੇ। ਮੈਂ ਆਣਾ 2 ਲੱਖ ਰੁਪਈਆ ਥੁੜਕਾ ਲਵੀਏ। ਪੁੱਤਰੋ ਮੈਂ ਤੈਨੂੰ ਕਦੋਂ ਆਉਂਦੀ ਪਈ ਆ, ਨਾ ਥੁੜਕਾ ਤੇ ਬਾਹਰ ਥੁੜਕਾ ਸੇ ਕਿਵੇਂ? ਉਹ ਸਕੀਮ ਵੀ ਮੇਰੇ ਦਿਮਾਗ ਦੇ ਵਿੱਚ ਆਈ ਹੋਈ ਹੈ ਜੀ। ਮੇਰਾ ਦਿਮਾਗ ਅੱਜ ਕੱਲ੍ਹ ਬਹੁਤ ਚਮਕ ਰਿਹਾ, ਜਿਵੇਂ ਜਿਵੇਂ ਗਰਮੀ ਪੈਂਦੀ ਪਈ ਹੈ ਉਵੇਂ ਮੇਰਾ ਦਿਮਾਗ ਰੋਸ਼ਨ ਹੁੰਦਾ ਜਾਂਦਾ। ਸੁਣ, ਸਕੀਮ ਇਹ ਗੋਲੀਆਂ ਮੈਂ ਲੈ ਆਉਂਦੀਆਂ ਨਸ਼ੇ ਵਾਲੀਆਂ, ਆਪਾਂ ਜਾਣਾ ਉਹਨਾਂ ਦੇ ਘਰੇ, ਤੂੰ ਆਖਣਾ ਮੈਂ ਆਪਦੇ ਵਿਰਾਰ ਨੂੰ ਆਪ ਚਾਹ ਬੜਾਕ ਦੇਣੀ ਆ, ਫਰਿੱਜ 'ਚ ਦੁੱਧ ਚਾਵਣਾ ਉਹਨਾਂ ਦਾ, ਖੰਡ ਪੱਤੀ ਚਾਵਣੀ ਉੱਥੇ, ਆਪ ਚੁੱਲ੍ਹੇ 'ਤੇ ਬਹਿ ਕੇ ਚਾਹ ਫੜਾਵਣੀ ਕੱਪ ਦੇ ਵਿੱਚ, ਉਹਨੂੰ ਚਾਹ ਫੜਾਵਣੀ ਗੋਲੀਆਂ ਵਾਲੇ, ਮੈਨੂੰ ਫੜਾਵਣੀ ਸਾਥੀ ਸਾਥੀ ਪੀ ਲਈ ਸੌਂ, ਗੋਲੀਆਂ ਵਾਲੇ ਪੀ ਲਈ ਸੀ ਉਹ ਜਾਸੀ ਸੌਂ, ਉਹਦੇ ਜਿਹੜੇ ਉਹ ਪੈਸੇ ਉਸ ਰੱਖਣੇ ਨੇ ਸਿਰਾਣੇ ਦੇ ਹੇਠ ਉੱਤੇ ਬਣ, ਉਹ ਸਭ ਬਣ ਕੇ ਤੇ ਉਹਦੇ ਵਿੱਚ ਮੈਂ ਵਿੱਚ 2 ਜਾਂ 3 ਲੱਖ ਰੁਪਏ ਤੋਂ ਆਪਾਂ ਘਰੇ ਆ ਜਾਣਾ। ਜਦੋਂ ਹੋਸ਼ 'ਚ ਆ ਸੀ ਅਸੀਂ ਤੱਕ ਸਹਿਮੀਆਂ, ਅਸੀਂ ਤੇਰੇ ਕੋਲ ਗਏ ਹਾਂ ਚਾਹ ਰਲ ਕੇ ਪੀਤੀ, ਅਸੀਂ ਤੋਰਾ ਆ ਗਏ, ਸਾਨੂੰ ਕੀ ਪਤਾ ਕੌਣ ਚਾਹ, ਹਿਸਾਬ ਲੱਗ ਜਾਂਦਾ ਕਿਸੇ ਤਰੀਕੇ ਨਾਲ, ਕੋਈ ਐਸਾ ਹਿਸਾਬ ਲਾ ਲੈਂਦੇ ਨੇ ਕਿ ਆਪਾਂ ਨੂੰ ਵੱਧ ਲੈਂਦੇ ਹੈ। ਆਪਾਂ ਅਕਸਰ ਅਸੀਂ ਮਖੌਲ ਕੀਤਾ, ਮਖੌਲ ਕੀਤਾ, ਕੈਸੀ ਗੱਲ ਹੈ, ਇਹ ਤਾਂ ਬੜੀ ਸਮਝਦਾਰੀ ਗੱਲ ਤੋਂ ਕੀਤੀ। ਸਾਡੀ ਬਿੱਲੀ ਸਾਨੂੰ ਹੀ ਮਿਓ, ਇਹ ਮੇਰੇ ਪਿਓ ਨੂੰ ਲੁੱਟੂ ਹੈ ਕਿਨ ਨਹੀਂ ਲੁੱਟੀ, ਮੈਂ ਦੇਣੀ ਮੈਂ ਆਪਦੇ ਪਿਓ ਨੂੰ। ਤੈਨੂੰ ਕਿਹੜੇ ਤਰੀਕੇ ਨਾਲ ਦੱਸਾਂ ਕਿ ਰਮਜੀ ਤੈਨੂੰ ਚਾਹ 'ਚ ਕੋਈ ਨਸ਼ੇ ਦੀ ਗੋਲੀਆਂ ਦੇ ਕੇ ਤੇ ਤੇਰੇ ਪੈਸੇ ਵਿੱਚੋਂ ਅੱਧੇ ਕੱਢੂ ਵੇ। ਫੋਨ ਕਰਨੀ ਆ ਸ਼ਰਾਰਤ ਕਰਨੀ ਹੈ ਤੇਰੇ ਨਾਲ। ਠੀਕ ਹੈ ਮੇਰਾ ਪੁੱਤਰ, ਚੰਗਾ ਕੀਤਾ ਤੂੰ ਮੈਨੂੰ ਦੱਸ ਦਿੱਤਾ। ਹਾਂ ਠੀਕ ਹੈ ਅੱਬਾ, ਠੀਕ ਹੈ, ਸ਼ੁਕਰ ਹੈ ਮੇਰੀ ਜੀ ਨੇ ਮੈਨੂੰ ਸੱਚ ਦੱਸ ਦਿੱਤਾ, ਨਹੀਂ ਤੇ ਮੇਰੇ ਸਾਰੇ ਪੈਸੇ ਮਿੱਟੀ ਹੋ ਜਾਣੇ ਸਨ। ਇਹਨਾਂ ਨੂੰ ਕਿਵੇਂ ਲੁਕਾ ਲਵਾਂ? ਕੋਈ ਜ਼ਰੂਰੀ ਕੰਮ ਜਾਂਦੇ ਪਏ, ਸਾਡੇ ਜੋ ਮਾਂ ਪੁੱਤਰਾਂ ਦਾ ਕੰਮ ਹੈ, ਤੇਰਾ ਕੰਮ ਨਹੀਂ, ਤੂੰ ਇੱਥੇ ਘਰੇ ਰਹੋ, ਉਹ ਨਾ ਕੋਈ ਚੋਰ ਆਵੇ ਆਪਣੀਆਂ ਛਲੀਆਂ ਚਾਕ ਲੈ ਕੇ ਨਿਕਲ ਜਾਵੇ। ਕੋਈ ਵੀ ਨਹੀਂ ਛਲੀਆਂ ਲੈ ਕੇ ਜਾਂਦਾ, ਮੈਂ ਵੀ ਤੁਹਾਡੇ ਨਾਲ ਹੈ, ਜੈਸਾ ਜਿਹੜੇ ਜ਼ਰੂਰੀ ਕੰਮ ਤੁਸੀਂ ਜਾਂਦੇ ਪਏ ਨੇ। ਮੈਂ ਤੇ ਮੇਰੇ ਮੂੰਹ ਉੱਤੇ ਮੁੱਕ ਮਾਰ ਸਦੰਦਾ ਉੱਤੇ ਛੁੱਟ ਸਹੀ ਤੇ ਲੱਗ ਸੁਰਦ ਸਹੀ, ਹਰ ਗੱਲ 'ਚ ਨਾਲ ਚੱਲੀ ਨਾਲ ਚੱਲਣੀ ਹੈ, ਚੱਲ ਘਰ ਦਾ ਖਿਆਲ ਰੱਖ। ਮੈਂ ਤਾਂ ਮੰਨ ਪਈਆਂ ਇਹ ਛੋਟੀ ਉਹਨਾਂ ਦਾ ਜ਼ਬਾਨ ਨਹੀਂ ਰੁਕਦੀ, ਇਹਦੇ ਤਾਂ ਕਾਠੀ ਗੱਤ ਲੈ ਨਹੀਂ ਤਾਂ ਪਛਤਾ ਹੀ ਸੇ। ਕਾਠੀ ਗੱਤਣ ਦੀ ਲੋੜ ਕੋਈ ਨਹੀਂ, ਮੈਂ ਹੀ ਹੋ ਜਾਏ ਇਹਨੂੰ ਕੜਿਆਲਾ ਪਾਸ ਹੈ ਨਾ, ਜਿਵੇਂ ਖੋਤੀ ਆਉਂਦੀ ਹੋ ਰੇੜੀ ਦੇ ਵਿੱਚ, ਐਂ ਬੋੜੀ ਐਂ ਮੁੜਦੀ, ਐਂ ਸਿੱਕੀ ਐਂ ਮੁੜਦੀ, ਐਂ ਹੋ ਜਾਸੀ ਇਹ। ਖਲੋਤਾ ਤਰ ਜਾਵੇ
ਗਰੂ ਨਿਕਲੇ ਐ ਫਿਰ ਆਉਂਦੇ ਪੈਣ ਅੱਗੋਂ ਪਤਾ ਨਹੀਂ ਕੰਮ ਵੀ ਹੁੰਦਾ ਕਿ ਨਹੀਂ ਹੁੰਦਾ ਇਹੋ ਜੇ ਗੱਲਾਂ ਤੇ ਯਕੀਨ ਨਾ ਰੱਖਿਆ ਕਰ ਜਿਹੜਾ ਤੈਨੂੰ ਠੁੱਡਾ ਆਇਆ ਹੈ ਕੰਮ ਮੋਸੇ ਬਾ ਕਿਉਂ ਨਾ ਹੋਸੀ ਹਾਂ ਤੇਰੀ ਗੱਲ ਸਹੀ ਹੈ ਇਨਸਾਨ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਠੁੱਡਿਆਂ ਦਾ ਕੀ ਹੈ ਇਹ ਠੁੱਡਾ ਕੋਈ ਨਿਸ਼ਾਨੀ ਨਹੀਂ ਇਸ ਗੱਲ ਦੀ ਕਿ ਬੇਗੂ ਕੰਮ ਹੋਣਾ ਜਾਂ ਨਹੀਂ ਹੋਣਾ ਚਲ ਆ ਜਾ ਚਲੀਏ ਹਾਂ ਠੁੱਡੇ ਆਉਂਦੇ ਜਾਂਦੇ ਰਹਿੰਦੇ ਆਉਂਦੇ ਜਾਂਦੇ ਚਾਚਾ ਕੁੱਕੀ ਚਾਚਾ ਕੁੱਕੀ ਇੱਥੇ ਲੱਪਸ ਦੀ ਹੈ ਰੱਖ मुर्त मैं वाकई पक्का चोर और वड्डा चोर हां बाकी पैरों थलो मेरी जमीन खड़ दी हां तेरी गल सही है पुत्र मसी वेख तेरे सोरे नु अजे आदत मजाक वाली ना ही गई अम्मा जी पुरानी आदत पईया होण हो नहीं जांदी कबर दी कद्दा ताई जेडी तन्नू होण आदत पई है नवी नवी ए बहुत जल्द खत्म हो जासी के आदत पई खोती मेनू मजाक करन वाली अच्छा 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 दफा करा मजाक नु अम्मा ले गया सु डॉक्टर को अच्छा ए दा ब्लड देखा उठाया खड़ता है ओने आके बिचा पी लो अम्मा फ्रिज च दूध काढ चाह बना सोनी जी चाचे वास्ते भी बना है का मेरे वास्ते है का वास्ते बना नहीं मेरे वास्ते ना बना भैया मैंने डॉक्टर मना कीती हुई है चाह चंगी होती है इना गर्मी दे विच चाह पीसो पसीना खोल के उसी अधी बीमारियां चाह नाल उड़ जांदियां मैनू डॉक्टर ने मना कीती चाह ओ केड़ा बेवकूफ डॉक्टर है जिने चाह मना कर दी ऐ करो दवाई तुसी कदों शुरू कर दी डॉक्टर ने आखा जे तू चाह पीती अच्छा ते ओ रोड़ा बन जासी ओ नहीं हाले तक ओने दवाई शुरू तक कोई ना कराई तब तू चाह पी ला उस तो बाद दवाई खानर भी डॉक्टर दी नाल एक और गल सुन दो गल्ला सुनाओ जाते दो और ना सुन बल्कि मां पुत्र दोनों सुनो सुना भाई तू सचा बनावणी हां विच दो गोलियां पावणी नशे ना मैं बेहोश होवण तू सा 2-3 लाख रुपया अठेर ले जाना ऐ मैं चाचा तू मैं ऐसे को दसी जाना है ਬਲਾ ਕਿਵੇਂ ਹੋ ਸਕਦਾ ਮਜ਼ਾਕ ਕਰ ਰਿਹਾ ਮਜ਼ਾਕ ਕਰੇ ਘਬਰਾਉਂਦਾ ਕਿਉਂ ਦਿਲ ਕਿਉਂ ਥੋੜਾ ਕਿਉਂ ਨਹੀਂ ਕਰਦਾ ਵੀ ਨਹੀਂ 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 ਜਾਂਦਾ ਹੈ ਲੜਕੀ ਜ਼ਰੂਰ ਜਾਂਦਾ ਲੇਕਿਨ ਨਹੀਂ ਇਹ ਤੇਰਾ ਵਹਿਮ ਹੈ ਆ ਇਹ ਤੇਰੀ ਗੱਲ ਕੋ ਦੇਖ ਹੋਤੇ ਨਹੀਂ ਨਹੀਂ ਬਾਬੂ ਕੀ ਕਿਉਂ ਅੱਲਾ ਮਾਫ ਮੈਂ ਮਜ਼ਾਕ ਕਰ ਰਿਹਾ ਮਜ਼ਾਕ ਅੱਲਾ ਤੇਰੇ ਦੌਲਤ ਦੀ ਇਜ਼ਾਫਾ ਕਰੇ ਚਾਚਾ ਤੇਰੇ ਕੋਲ ਪੈਸੇ ਨੇ ਸਾਡੇ ਕੋਲ ਸਾਨੂੰ ਕਿਹੜੀ ਲੋੜ ਤੈਨੂੰ ਗੋਲੀਆਂ ਖਵਾਵਣ ਦੀ ਪਰ ਇਹ ਗੱਲ ਹੈ ਕਿ ਤੇਰੇ ਦੇ ਨਾਲ ਇੱਕ ਸੋਚ ਕਿਵੇਂ ਪੈਦਾ ਹੋ ਗਈ ਤੂੰ ਇਹ ਸੋਚ ਕਿਵੇਂ ਲਿਆ ਕਿ ਮੇਰਾ ਦਵਾਈ ਮੇਰੇ ਪੈਸੇ ਖਾ ਰਮੇਵਾਲੀ ਬੰਦ ਕਰ ਤੇ ਚੁੱਪ ਕਰ ਤੂੰ ਚਲਾ ਜਾ ਮੈਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਆ ਤੁਸੀਂ ਪੈਸੇ ਚੋਰੀ ਕਰਨ ਆਏ ਨੇ ਲਿਆ ਦੇ ਇੱਥੇ ਚਲੇ ਜਾ ਮੈਨੂੰ ਮੇਰੀ ਦੀ ਸੁਗਰੀ ਸਾਰੀ ਗੱਲ ਦੱਸ ਦਿੱਤੀ ਸੁਗਰੀ ਦੱਸ ਦਿੱਤਾ ਹਾਂ ਸੁਗਰੀ ਤਾਂ ਹਾਂ ਐਵੇਂ ਉਹਨੇ ਚਾਚਾ ਜੀ ਤੁਹਾਡੀ ਦੇਈ ਹੈ ਤੇ ਉਹ ਵੀ ਮਖੌਲੜੀ ਦੀ ਹੈ ਖਬਰ ਪਾਉਣ ਉਹਨੇ ਮਖੌਲ ਕਰ ਦਿੱਤਾ ਹੋਵੇ ਨਹੀਂ ਤਾਂ ਸਾਡੀ ਤੇ ਹੀ ਨਹੀਂ ਦੀ ਕੋਈ ਨਹੀਂ ਸਾਡੇ ਦਾ ਨਹੀਂ ਹੈ ਤਾਂ ਸਾਫ ਐਂ ਹੈ ਜਿਵੇਂ ਧੋਪੀ ਕਪੜੇ ਨੂੰ ਸਾਫ ਕਰਤੇ ਛਣ ਕੇ ਤਾਰ ਉੱਤੇ ਪਾਉਂਦੇ ਐਂ ਸਾਫ ਨਹੀਂ ਹੈ ਤੇ ਉਹਦੇ ਆਖਣਾ ਤਮੀ ਆਸੀ ਵਗ ਜਾਣਾ ਤੇਰੇ ਘਰ ਚ ਘਰੇ ਜਾ ਕੇ ਚਾਹ ਪੀ ਲਿਸਾ ਕਿਉਂ ਜੀ ਹਾਂ 4-5 ਕਿੱਲੇ ਪਾ ਦਿੱਤੇ ਉਹਦਾ ਆਪਣਾ ਸਾਇ ਹੋ ਗਈ ਏ ਆਪਾਂ ਇੱਥੋਂ ਚੱਲੀਏ ਆਪਣੇ ਝੂਠਾ ਇਲਜ਼ਾਮ ਤੇ ਲਾਇਆ ਸੂੰ ਹਾਂ ਝੂਠਾ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਚਾਚਾ ਆਵੇਂ ਨਹੀਂ ਗੱਲ ਕਰਦੀ ਉਹਦੀ ਬਿਲਾ ਵਜਾ ਤੈਨੂੰ ਕੀ ਪਤਾ ਸਾਡੇ ਦਿਲ ਦੇ ਵਿੱਚ ਕੀ ਹੈ ਕੋਈ ਤੂੰ ਸਾਡੇ ਦਿਲੇ ਦਵਾਰ ਕੇ ਵੇਖੀ ਖੜੋਤਾ ਪਾਰਾਂ ਠੀਕ ਹੈ ਅਸੀਂ ਜਾਂਦੇ ਆ ਦੇ ਕਰ ਇਹ ਗੱਲਾਂ ਤਾਂ ਕੌੜੀਆਂ ਹੁੰਦੀਆਂ ਕੌੜੀਆਂ ਤੇ ਨਾਲ ਹੁੰਦੀਆਂ ਕੀ ਹੋ ਅੱਜ ਲੱਗਦਾ ਲੱਗਦਾ ਮੈਂ ਦਵਾਈ ਲੈਣ ਗਈ ਆ ਮੇਰੇ ਪੁੱਤਰ ਆਖਿਆ ਵੀ ਚਲੋ ਜੱਟ ਹੋਰ ਲੱਗ ਸ਼ਾਮ ਕੀ ਆਏ ਨਾ ਸ਼ਾਮ ਨਾ ਮੇਰਾ ਅਗਰ ਤੂੰ ਬਾਲ ਨਾ ਹੁਸਾਂ ਭਾਈ ਨਹੀਂ ਨਹੀਂ ਆਓ ਮੈਂ ਤਾਂ ਸੱਚੀ ਗੱਲ ਸੁਣਨ ਦੀ ਬਰਦਾਸ਼ਤ ਰੱਖੋ ਅਈ ਆ ਗੱਲ ਕੀਤੀ ਸੁ ਬਿਆਟ ਕੇ ਮੇਰੇ ਬੂਏ ਤੇ ਨਾ ਆਵਣ ਇਹ ਤੇ ਸ਼ੁਕਰ ਹੈ ਮੇਰੀ ਜੀ ਨੇ ਮੈਨੂੰ ਸੱਚ ਗੱਲ ਦੱਸ ਛੱਡੀ ਨਹੀਂ ਤਾਂ ਮੈਂ ਲੁੱਟਿਆ ਗਿਆ ਸੀ ਅਮਾ ਸੁਗਰੀ ਟੁਗਰੀ ਨੂੰ ਮੈਂ ਕੋਈ ਨਹੀਂ ਛੱਡਣਾ ਮੈਂ ਉਹਦਾ ਸਿਰ ਪਾੜ ਦੇ ਸਾਜ ਟਿੱਕਾ ਮਾਰ ਮਾਰ ਕੇ ਪਲਾਨ ਫੇਲ ਹੋ ਗਿਆ ਪਲਾਨ ਫੇਲ ਹੋ ਗਿਆ ਤਾਂ ਖੈਰ ਹੈ ਪਰ ਮੈਨੂੰ ਇਹ ਦੱਸ ਉਹਨੂੰ ਪਤਾ ਕਿਵੇਂ ਲੱਗਿਆ ਕਿ ਪੈ ਗੱਲਾਂ ਕੀਤੀਆਂ ਇਸ ਗੱਲ ਦਾ ਮੇਰਾ ਪੁੱਤਰ ਆਪਾਂ ਘਰੇ ਜਾ ਕੇ ਪੁੱਛਨੇ ਆ ਉਹਦੇ ਕੋਲੋਂ ਠੀਕ ਹੈ ਮੈਂ ਚੱਲ ਕੇ ਉਹਦੇ ਕੋਲ ਪੁੱਛਾਂ ਤਾਂ ਪੁੱਛਾਂ ਵੀ ਅੱਜ ਮੈਂ ਡੰਡੇ ਨਾਲ ਕਿੰਨੇ ਪੈਸੇ ਲੈ ਕੇ ਆਏ तलाक दे के खुश हो जा क्यों मैंने तलाक देवे
तू साडा सारा खाना खराब कीती खोती। मैं चोरी ठगी तां करनी हुंदी, मैं होर की करना हुंदा? मेरा कोई कारोबार है, बिजनेस है, ओ तू खराब करदी पई है। तू पहले अगले बंदे नूं इतला देंदी पई है कि भैया आई हुंदा पिया। तू ना ना ही बिजनेस कर, कोई होर कर ला। मेरे कोल होर कोई नहीं हुंदा, मैं तां हेरा फेरी तुसी वा होर कोई काम नहीं करना। बस तैनूं मैनूं ई फल दस, तैनूं किवें पता लग्गिया कि मैं ते मेरी मां इत्थे सलाह कीती है? बस मैनूं पता लग गया है ना। किवें पता लग गया? मेरे कोल ना दूर हो जा, मैं मां कोई होर गल करनी है। चल गोलियां जेडियां मैं लै आंदी आना जावा किसी ना किसी नु खवा के पैसे गल बनती पई है। खर्चा कोई नी मेरे कोल, किदू खर्चा करसा? अच्छा मैं ते दसा, चौधरी फलक शेर ना ही है, उस मकई बेची हुई है, उनके घर पैसे ही नहीं, आप उन्हें चल के लुटिए। चलिए चल के उन्हें आप जाके इवे सिस्टम ला सा, एग्जाम में चाप कई में तो गोलियां खवा सा बेहोश हो जा सी, पर पहले उनके पैसे का किवें पता लग सी उस रखे कि जदों आप गोलियां देवनिया ते ओ हो जा सी बेहोश ते पूरे घर दी आप तसल्ली ना तलाशी ला ले सा किदू तो निकल सेणी। ओए अम्मा तू किन्नी सियाणी है, जिन्ना पुत्रां दे कंडा दे तेरे रंगिया मावां दा हाथ होवे ओ कदी किसे मैदान तो विचो हरदे नहीं, ओ हमेशा चोरी दे विच कामयाब हुंदे। बैठा किवें टाइम ना जाया कर, ते आई दी दिहाड़ी भी ना जाया करिए। अम्मा सुगरी अंदर है, इस टाइम मुकम्मल अंदर बैठी हुई है, लड़का खड़क सुनींदा पिया है, सुगरी अंदर है, ओनू आपां ए भी नहीं दसना कि भी आपां जांदे किधे पए हैं, फलक शेर ले जांदे पए हैं या किधे जांदे पए, आपां आखना जरूरी काम है। चाचे फलक शेर नु हुण कॉल करनी है। हेलो हेलो अस्सलाम वालेकुम। वालेकुम सलाम चाचा, की हाल है? ठीक ठाक बेटा। चाचा मेरी एक गल सुन। चाचा इस गल तू छट, मेरा काम आया तेन दसना, अगर संभाल आपे कर लवी, मेरे ते खुश रवी चाचा। चलो ठीक है बेटा। हुण रमजी ए भी तेरी प्लानिंग बेकार ही जासी। बोतल लैके आ, मैं गर्मी च बाल नू क्या साड़ना, बोतल आप उथो मुल लई आया ते रल के पी लेने। चंगा काम कीता है, दुकान तो फद्दी है, दुकान सही है। चल अहीं कर रमजी दे कोई बोतल नी पीनी। बेवकूफ डॉक्टर है जेड़ा ब्लड दी पर बोतल रोकदा, बोतल ना पियो, बोतल तो बड़ी फायदेमंद हुंदी। ए बोतल ते डॉक्टर आप दस देन, जेड़े मरीज होवे उनु बोतल पिवावो, उनु चंगी होंदी आ गैस गूस तू। मेनू गैस है ही नहीं ते मैं लाजमी गैस कराना बोतल पी के। नाले अब देन गैस होंदे होवे जांदा पीवे। ओए चाचा फलक शेरा, ओ बड़ी दूरू चल के तेरे वास्ते बोतल लेके आया, ऐ ला पी ले साडे हत्थो, तैनू तेरे मुर्शिद दा वास्ता। मैं अजे किसी का मुरीद नहीं होया, ते जदों मैं मुरीद होया आदे पीर दा वास्ता मान लैसा, तू ऐ कर पिया गिलास आदी मान पीवा। अम्मा पीला। ना ना, मैं
ਨਾਲੇ ਅੰਮਾ ਤੇ ਅਸੀਂ ਦਲਾਡ ਵਜਿਆ ਕਰਾ ਦਲਾਡ ਵਜਣ ਚੰਗੀ ਹੁੰਦੀ ਹੈ ਸਿਵਾ ਉਹ ਮੈਂ ਇਹ ਆਪ ਨਹੀਂ ਪੀ ਸਕਣਾ ਇਸ ਵਾਸਤੇ ਕਿ ਮੇਰਾ ਗਲਾ ਖਰਾਬ ਹੋਇਆ ਹੈ ਤੇ ਜਿਵੇਂ ਜਿਵੇਂ ਗਲਾ ਖਰਾਬ ਹੋਵੇ ਉਵੇਂ ਮੈਂ ਠੱਡੀ ਬੋਤਲ ਪੀਸਾ ਗਲਾ ਗਣਾ ਖਰਾਬ ਹੋ ਜਾਸੀ ਇਸ ਵਾਸਤੇ ਤੁਸੀਂ ਪੀ ਲਓ ਗੋਟਕ ਸਾਰਾ ਯਾਰ ਤੂੰ ਇਹ ਪੀ ਮੇਰੇ ਕੋ ਤੂਤ ਸਿਆ ਸ਼ਰਬਤ ਪਿਆ ਤੈਨੂੰ ਤੂੰ ਉਹ ਪੀਵਾ ਸਾ ਗਲਾ ਸਹੀ ਹੋ ਜਾਸੀ ਉਹ ਸਿਆ ਨਾ ਕੋਈ ਨਹੀਂ ਹੁਣ ਆਰਾਮ ਹੁੰਦਾ ਕੇ ਹੁੰਦਾ ਹੁੰਦਾ ਕਿਸੇ ਦੌਰੇ ਜਦੋਂ ਨਵਾਂ ਨਵਾਂ ਖਾ ਤੇ ਬਰਲ ਬਰਲਾ ਦੋ ਗੋਟ ਯਾਰ ਡੋਲਣੀ ਪਵਣੀ ਹੁਣ ਡੋਲੀ ਨਾ ਮੇਰਾ ਪੁੱਤਰ ਤੇਰੀਆਂ ਗੋਲੀਆਂ ਜ਼ਾਇਆ ਹੋ ਜਾਸਨ ਜਿਹੜੀਆਂ ਦੇ ਵਿੱਚ ਪਾ ਕੇ ਲਿਆਂਦੀਆਂ ਨੇ ਉਹ ਚਾਚਾ ਤੈਨੂੰ ਕਿੰਨੇ ਆਖਿਆ ਤੇਰੇ ਬੇਵਕੂਫ ਨੇ ਆਖਿਆ ਅਜੇ ਨੂੰ ਗੋਲੀਆਂ ਪਾਈ ਬਣੇ ਆ ਪੁੱਤਰ ਅੱਲਾ ਭਲਾ ਕਰੇ ਸੁਗਰੀ ਦਾ ਜੇ ਮੈਨੂੰ ਟਾਈਮ ਨਾਲ ਹੀ ਫੋਨ ਕਰ ਦਿੱਤਾ ਹੈ ਬਾਕੀ ਮੇਰੇ ਕੋਲ ਘਰ ਚ ਐਸੀ ਸ਼ਾਇ ਕੋਈ ਨਹੀਂ ਜਿਸ ਚੱਕਰ ਇਹ ਤੁਸੀਂ ਆਏ ਨੇ ਜਿਹੜੇ ਪੈਸੇ ਆ ਨਾ ਮੱਕੀ ਦੇ ਉਹ ਮੈਂ ਬੈਂਕ ਚ ਰੱਖ ਦਿੱਤੇ ਨੇ ਨਹੀਂ ਅਸੀਂ ਉਹਨੂੰ ਕੋਈ ਚੋਰ ਆ ਜਾਂ ਠੱਗ ਆ ਜਿਹੜਾ ਤੁਹਾਡਾ ਸਮਾਨ ਠੱਗਣ ਆਏ ਖੜਤੇ ਆ ਆਪਾਂ ਥੱਲੋ ਕਾਹ ਤੇ ਆਪਣਾ ਰਿਸ਼ਤੇਦਾਰ ਹੈ ਇਹ ਕਿਹੜੀ ਗੱਲ ਹੈ ਐਵੇਂ ਇਲਜ਼ਾਮ ਲਾਈ ਜਾਂਦੀ ਸ਼ੁਕਰੀ ਉਹ ਤਾਂ ਮੈਨੂੰ ਬਦਨਾਮ ਕਰਨ ਦੇ ਚੱਕਰ ਚ ਮੈਂ ਉਹਨੂੰ ਮਾਰ ਬੈਠਾ ਇਸ ਗੱਲੋਂ ਅੱਲਾ ਮਾਫ ਕਰੇ ਨਾ ਵੇ ਬਰਾਵਾ ਸਾਡੀ ਤਾਂ ਐਸੀ ਦੇ ਲੈ ਸੀ ਗੱਲ ਕੋਈ ਨਹੀਂ ਜਿਹੜੀ ਤੂੰ ਕੀਤੀ ਬੈਠਾ ਨਾ ਵੇ ਭਾਈ ਵਾਲਾ ਸ਼ੇਰਾ ਸੀ ਤੇਰੇ ਕੋਲ ਮੰਗਣੇ ਆਵੇਂ ਨਸ ਦਾਵੇ ਨਾਲ ਵੀ ਲਾ ਸਕਨੇ ਆ ਜਾਵੇ ਨਾਲ ਤਾਂ ਲਾਵਾ ਪਰ ਹੁਣ ਬੇਹੋਸ਼ ਕਰ ਤੇ ਲਾਉਨੇ ਆ ਸਹੀ ਆਂਦਾ ਪਿਆ ਚੀਨਾ ਚੱਲ ਤੁਸੀਂ ਹੁਣ ਐਂ ਕਰੋ ਵੀ ਤੂੰ ਦਫਾ ਹੋ ਜਾਓ ਉਹਨਾਂ ਨੂੰ ਕਿ ਮੈਂ ਡੰਡਾ ਚਾਲਵਾਂ ਤੇ ਤੁਹਾਨੂੰ ਸੇਖ ਤੇ ਰੱਖ ਦਿਆਂ ਚੁੱਪ ਕਰ ਆ ਚਾਚਾ ਫਲਕ ਸ਼ੇਰਾ ਤੇਰੇ ਬੂਹੇ ਤੇ ਆ ਖੜੋਤੇ ਤੂੰ ਸਾਡੀ ਬੇਇੱਜ਼ਤੀ ਕੀਤੀ ਜਾਣਾ ਕੋਈ ਵੇਖ ਸੋਚ ਲੈ ਬੂਹੇ ਦੇ ਆਏ ਦੇ ਨਾਲ ਇੰਜ ਕਰਿੰਦਾ ਹੁੰਦਾ ਇੰਜ ਕਰਿੰਦਾ ਹੁੰਦਾ ਦਬੋ ਜੀ ਅਸੀਂ ਜਾਂਦੇ ਪਏ ਅਸੀਂ ਹੁਣ ਦੁਬਾਰਾ ਇਸ ਬੂਹੇ ਤੇਰੇ ਕਦੀ ਵੀ ਨਹੀਂ ਆਇਆ ਕਰਨਾ ਅੱਜ ਤੋਂ ਬਾਅਦ ਤੇਰਾ ਸਾਡਾ ਮਰਨਾ ਪਰਨਾ ਵੀ ਬੰਦ ਆ ਠੀਕ ਹੈ ਬੰਦ ਹੈ ਅਗਰ ਤੂੰ ਵਾਸਤੇ ਸਾਡੇ ਬੂਹੇ ਤੇ ਨਾ ਆਵੀਂ ਬੰਦ ਐਡੇ ਕਦਰ ਨਾ ਤੇਰੇ ਵਾਸਤੇ ਸੀ ਦੁਕਾਨ ਤੋਂ ਬੋਤਲ ਲਾਈਏ ਗੁਨਖਰੇ ਵੀ ਖਾਈ ਜਾਂਦੇ ਨਖਰੇ ਸਾਹਿਬ ਨਾ ਵਿਖਾ ਆ ਜਾ ਅੰਮਾ ਚੱਲੀ ਆ 1 ਮਿੰਟ ਆ ਬੋਤਲ ਆਦੀ ਨਾਲ ਲੈ ਜਾਓ ਅਗਾ ਕਿਸੇ ਹੋਰ ਦੇ ਕੰਮ ਉਸੇ ਵਾਸ ਯਾ ਪੀ ਲਈ ਸੈ ਹੋਰ ਦੇ ਕਿਉਂ ਕੰਮ ਹਾਂ ਪੈਸੇ ਭਰੇ ਨੇ ਅੱਲਾ ਵਾਸਤੇ ਨਹੀਂ ਲਈ ਆਪ ਬੇਕਦਰ ਹੋ ਛੋਣਾ ਇੰਨੇ ਦੇਖ ਯਾਰ ਠੱਗੀ ਦਾ ਕੈਸੇ ਕੈਸੇ ਬਹਾਨੇ ਬਣਾ ਲੈਣ ਲੋਗਾ ਓਏ ਅੱਬਾ ਅੱਜ ਕੱਲ ਕੰਮ ਹੀ ਯੋ ਰਿਸ਼ਤੇਦਾਰਾਂ ਚਲਿਆ ਖੜਾ ਹੈ ਜਿੰਜ ਕੋ ਕੋਈ ਸਾ ਦੇ ਹੁਣ ਦੇਖ ਕੇ ਆਂਦੇ ਯਾਰ ਇੰਦੇ ਕੋਲ ਖੋਰ ਲੜੀਏ ਪੁੱਛਦੇ ਨਹੀਂ पूरे 8 लाख रुपए रख छे बेअकाल है बंद सुबह ट्रैक्टर लैना है अज पैसे बैंक च रख उदू कटौती हो जाए अगू बैंक न छुट्टी आ जाने मुड़ आप त्रा के पैसे लभने नहीं आप पैसे रख सा घरे ਕਰੇ ਅੱਲਾ ਦੇ ਬੰਦੇ ਆ ਉਲਾਰਾ ਪਾੜ ਕਾ ਸਰਾਣੇ ਦਾ ਹਾਂ ਸਰਾਣੇ ਦੇ ਵਿੱਚ ਤੋਂਦੀ ਸਾਂ ਅੱਛਾ ਹਾਂ ਇਹ ਗੱਲ ਵੀ ਤੇਰੀ ਠੀਕ ਹੈ ਹਾਂ ਤੂੰ ਤਾਂ ਐ ਚੱਲ ਤੈਨੂੰ ਸੌਰ ਕੋਈ ਨਹੀਂ ਆਰਤੀ ਕੋਲ ਪੈਸੇ ਹੋਰ ਲੱਭਣੇ ਉੱਤੂ ਹੋਰ ਲਾ ਕੇ ਨਵਾਂ ਟਰੈਕਟਰ ਲਾਇਆ ਸਾਂ ਲੈਣਾ 75 ਆਇਓ 75 ਹਾਂ ਸੋਹਣੀ ਗੱਡੀ ਅਸੀਂ ਆ ਤੇਰੀ ਖੈਰ ਠੀਕ ਹੈ ਬਾਬਾ ਆ ਸ਼ੁਕਰੀਆ ਆ ਤੇਰੇ ਪੈਰਾਂ ਨੂੰ ਹੱਥ ਪਾਈ ਖੜਤਾ ਤੇਰੇ ਸਿਰ ਦਾ ਤਾਜ ਤੇਰੇ ਪੈਰਾਂ 'ਚ ਆਇਆ ਖੜਤਾ ਕੋਈ ਸ਼ਰਮ ਕਰ ਮਾਨੂੰ ਦੱਸ ਦੇ ਤੇਰੇ ਕੋ ਕਿਹੜੇ ਮੌਕੇ ਲੈਣ ਕੱਲ ਮੇਰੇ ਕੋਲ ਆਣ ਉਹ ਕਿਹੜੇ ਮੌਕੇ ਲੈ ਕਰ ਉਹ ਮੌਕਲਾ ਨੂੰ ਸਾਨੂੰ ਦੇ ਦੇ ਤਾਂ ਕਿ ਅਸੀਂ ਉਹਨਾਂ ਤੋਂ ਕੰਮ ਲਵੀਏ ਉਹਨਾਂ ਨੂੰ ਗਲੀਏ ਉਹ ਪਤਾ ਕਰਨ ਲੋਕਾਂ ਦੇ ਕਿੰਨੇ ਪੈਸੇ ਹਨ ਲੋਕਾਂ ਦੇ ਕੋਲ ਉਹ ਮੈਨੂੰ ਦੱਸਣਗੇ ਫਿਰ ਅਸੀਂ ਜਾ ਕੇ ਉੱਥੇ ਆਦਾ ਕਾਰਵਾਈ ਪਾ ਕੇ ਆਪਾਂ ਉਹਨਾਂ ਦੇ ਵਿੱਚ ਅਮੀਰ ਹੋ ਜਾਵਾਂਗੇ ਕਾਰਾਂ ਕੋਠੀਆਂ ਬੰਗਲੇ ਹੋ ਜਾਸਨ ਤੇਰਾ ਵੀ ਫਾਇਦਾ ਸਾਡਾ ਵੀ ਫਾਇਦਾ ਨਾ 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 ਮੇਰੇ ਜਿਹੜੇ ਮੁੱਕਲ ਹਨ ਇਮਾਨਦਾਰ ਹੈ ਕਿਉਂ ਬੇਈਮਾਨ ਨਹੀਂ ਹੈਗੇ ਤੁਹਾਡੇ ਰੇ ਤੁਸੀਂ ਦੋਵੇਂ ਮਾਂ ਪੁੱਤਰ ਜਿਹੜੇ ਨਾ ਮਿਹਨਤ ਮਜ਼ਦੂਰੀ ਕਰੋ ਤੁਸੀਂ ਕਿਹੜੇ ਚੱਕਰਾਂ ਪੈ ਵਦੇ ਜੇ ਬੇਈਮਾਨੀ ਕਰਦੇ ਵਰਦੇ ਨੇ ਤੁਸੀਂ ਲੋਕਾਂ ਨਾਲ ਲੋਕੀ ਵੀ ਤਾਂ ਕੰਮ ਕਰਕੇ ਹੀ ਖਾਂਦਾ ਹੈਗਾ ਤੇ ਕੰਮ ਕਰਕੇ ਪੈਸੇ ਜੋੜਦੇ ਹੈਗੇ ਤੇ ਤੁਸੀਂ ਅਗਦਨ ਹਵਾਈ ਪੈਸਾ ਆਵੇ ਹਵਾਈ ਪੈਸਾ ਮੈਂ ਨਾ ਆਵਣ ਦਿੰਦੀ ਹੋਈ ਇਹ ਵੀ ਬੜਾ ਮਿਹਨਤ ਦਾ ਕੰਮ ਹੈ ਕਿਸੇ ਨੂੰ ਵਰਗਲਾਵਣਾ ਉਹਨੂੰ ਆਦੀ ਗੱਲਾਂ ਦੇ ਵਿੱਚ ਲਿਆਵਣਾ ਫਿਰ ਅਟਾ ਕਰੋ ਨਸ਼ੇ ਵਾਲੀ ਸ਼ਾਇ ਖਵਾਵਣਾ ਖਵਾ ਕੇ ਬੜੀ ਮਿਹਨਤ ਨਾਲ ਪੈਸਾ ਕੱਢਣਾ ਪੈਂਦਾ ਹੈ ਐਵੇਂ ਸਮਝ ਲਓ ਅਸੀਂ ਸੱਪ ਦੇ ਮੂੰਹ 'ਚ ਪੈਸਾ ਕੱਢਣਾ ਹੁੰਦਾ ਇਹ ਸੌਖਾ ਕੰਮ ਨਹੀਂ ਹੈ ਇਹ ਵੀ ਹਲਾਲ ਦਾ ਹੀ ਹੈ ਮੇਰੀ ਨਜ਼ਰ 'ਚ ਹਲਾਲ ਦਾ ਨਹੀਂ ਹੈ ਤੁਹਾਡੀ ਨਜ਼ਰ 'ਚ ਹਲਾਲ ਦਾ ਨਹੀਂ ਤੁਸੀਂ ਆਦੀ ਨਜ਼ਰ ਦਾ ਇਲਾਜ ਹੀ ਕਰਾ ਲਓ ਇਲਾਜ ਤੂੰ ਆਦੇ ਦਿਮਾਗ ਦਾ ਕਰਾ ਹੁਣ ਦੇ ਪੈਰ ਫੜ ਕੇ ਬੈਠੇ ਰਹਿਣਾ ਜਿੱਡੂ ਆ ਕਹਿੰਦੇ ਦੋ ਰੱਗਾਂ ਤੇ ਮਾਰ ਓਏ ਇਹਦੇ ਕੋਲ ਮੁੱਕਾ ਲੈਣ ਮੁੱਕਾ ਲੈਣ ਆਈ ਤੂੰ ਜ਼ਿਆਦਾ ਬੋਲ ਨਾ ਬੇਈਮਾਨੀ ਤੇ ਤੂੰ ਲਿਖ ਲੋਤੀ ਹੈ ਤੇ ਬੇਈਮਾਨੀ ਕਰ ਕਰਕੇ ਫੁੱਲਦੀ ਜਾਨੀ ਹੈ ਦਿਨ ਬ ਦਿਨ ਮੋਰ ਮਾਰਨੀ ਚਲੋ ਠੀਕ ਹੈ ਕਿਸੇ ਹਿਸਾਬ ਨਾਲ ਗੱਲ ਕਰ ਅਸਲਾਮੁ ਅਲੈਕਮ ਵਾਲੇਕਮ ਉੱਪੀ ਤੇਰਾ ਸ਼ੌਕੀ ਹਾਂ ਹਾਂ ਹੋਰ ਸੁਣਾ ਕੀ ਹਾਲ ਹੈ ਸੁਹਾਲ ਨੂੰ ਛੱਡ ਚੁੱਪ ਕਰ ਕਿਵੇਂ ਆਇਆ ਤੈਨੂੰ ਇੱਕ ਖੁਸ਼ਖਬਰੀ ਦੇਣ ਆਇਆ ਖੁਸ਼ਖਬਰੀ ਨਾ ਦੇਵੀਂ ਹਾਲੇ ਚ
चल मैं तेरी बांद फत तेरे मोकला सने तेनू अंदर डाक के आवा इहदे नाल मैं जरूरी गल करनी। हाँ हाँ तू कड़ दे अंदर डाक के कुंडा ला के आवी। रमजी वाग जानी है, मैं आप ही वाग जानी, मेरा हाथ छड़। नहीं मैं हाथ नहीं छड़ना, मैं मोकल तो छड़ना ही नहीं। चल भाई चल 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 इत्थे आ। मैं तेनू अंदर डाक के उस तेरे मोकल अंदर करना। ठंडी बोतल लैके चलिए जिंदे विच आपां दवाई पाई होई है। बोतल पिवा के आधा काम करके साइड दे हो जावांगे। हां एडे कुछ तां दी टूटियां ना मेरे सास ते मेरा साई और दा काम करदे ही कोई नहीं। दिहाड़ी दप्पा कर लो, चोरी ठगी दा हाथ रख लिया ने। त्रेर नु फोन करा कि ते पतरेरे ना ठगी जावे। हेलो हां सुधरा की हाल है पतरेरा? ठीक है शुक्र है अल्लाह दा। पतरेरा मैं तने एक गल करनी है। दो गल्ला कर। तेरे कोल 8 लाख रुपया है ना? चोरी सुगरी सच्ची आई तो भी तेरे सिर ते ने देख अगू आए खाना अपने हाल मान दे। लेकिन ये प्लानिंग इन दी कामयाब नहीं होवण देंदे आपा। तू गाबार ना कर छोड़ दे, पटदा ना किवें आ एक बारी। मौला बस का की हाल है और सुना भूतने? अल्लाह दा करम हाल ता ठीक है। किदू किदू आ बोतल ले जाने ठंडी घरे? मैं कह बह के आराम नाल पिसा अम्मा ते मैं शौकी शौकी बेली है मेरा। मैंने मेरे ना आवे तो मैं दूध शुद्ध पिवांदा ना, चाह पिवांदा ना, खीर खवांदा ना, बोतल पिवांदा ना। तुसी गर्मी च लगे बंदे ने पीनी ने? अस तो नहीं पींदे। नहीं यार इतनी मोहब्बत नाल वेख और मैनू फजा आई दे आई मैनू फजा मैं आपे पी लई ना भाई ता अल्लाह दे बंदे मुंह लावणी है सारी पी जा। तू संचगल बनाई खलाई वा खवाना ते ही ओ बेहया। मैनू एक गल तो दस ओ यार, रिश्तेदारां ते भला हाल है? तू चोरी तलाक बद्दी खला बे मन तलाक बद्दी खला तेरे होर घारी कोई जल्दे पाए। ओए माला बसका मैं बिना बजाय इल्जाम नहीं लाई दा होंदा किसे ते। तू साडे ते झूठे इल्जाम लाई जाना। मैं किथे चोरियां करदा बना? मैं कोई चोरी कीती है? चोरी होवे साबित कर मोड़ तू गल करदा सोना लगना। गल तो पता है 8 लाख रुपया खोवाना आ खला ना आ लई बना आ अंडू खला ला तू। साडे कोल एक एक मिनट दी खबर है के तो तू की करंदा पिया? मैनूं पता लग गया। मैं लगदा है इन्हें सुगरी दसिया फोन करके उन्दे कोल मुवक्किल हैं वो वाकई ही उन्दे कोल मुवक्किल हैं। और चुप कर ते ना घरे वाग दे काम ही चंगा जे पीछे तेरी मैं कोई शिकायत सुन ली ना मेरा लित्तर ना तेरा सिर होवणा। नहीं 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 एवे नहीं गल ना इन्हू सबक दे के गली आगा तू खबरदार रहे कि इन्हां दे घर मैं चोरी नहीं करनी। वाह भाई वाह वड्डे सबक देवण वाले मैं तुहाडे दंद ना बन देवां तुसी मैनूं सबक देंदे ने। चल बच अच्छा जे गणी का का कर सी ते मैं तो पूरा चाक कट्ठा कर रहा ते मैं आखना बे साडे कोल पैसे कौन है ने चोर है? साडे कोल असलाई कोई नहीं जदों मोर केड़ा चोर असी हो जी सा असी को पिस्तौल चाहिए खोते हैं तुम्हारे सामने। तुम्हारा इरादा तो चोरी वाला ना पिस्तौल होवे तो मोर चोरी होती है ते जे बोतल ते नशा गत्ती बनावे मैनु सारा पता। ए बकवास ना कर मैं तो मुंह ते मर साऊं। मैं तुम्हारे दंद बांध दे सा ऐ बिना वजह साडे ते इल्जाम लावण दी कोई लोड़ नहीं। ओ रमजी ए एवे इल्जाम ला जाना दो दो इना ते मुंह ते मारे। ओए दो दो मैं तुम्हारे रगा दे सा तुनु लग सर जैसी ए गल्ला कर दे वड्डे तू रगा दे भी रवि ते मां जी ए दे ए पर डाकू मार दे। तू बच गया पर मैं सुदा गुंडा काट के मेरे पत्र नु छुड़ाओ डाकू मार दे। कर ले पत्ते दे ओए आ जा मेरे पत्र डाकू मार दे उनको। एक मिनट बस मुलाक नु कट्ठा कर से ना इत्थे मुलक तानू लेतरा फेर सी विच्चे तैनू भी लेतरा फिर सी तेरे में चीका इत्थे निकल सन बाबा लाई खलिए कोई हया है तोड़े विच उंदी वजह एक तुसी सानू राह च लुटदे पायो। साडे कोल 8 लाख रुपया है तोड़े को की सबूत है जे तोड़े को लुटदे पाए हो? सबूत है नशे वाली बोतल जड़ी आ पई है जावे छारा दा काम जा करो।
चलो आधा काम करो सानू ना तो सुन से वाली बोतल है या नहीं है पर सिर ले जा घोड़ा केड़ा है चोर है घोड़ा है चोर पर मैं क्यों जा लगो कोते वाले दंदा उत्ते बाकी दी गल्ला तो सारी छोड़ो एक तो मेनू सातवीं वाह वाह लग गई है तो वाकई उन्हें विच नशा है आपां नू लगदा है ये काम छड़ना ही पौसी ये जेड़े सुगरी दे मुवक्कल हैं आपां नू काम नहीं करन देंदे पए ਹੁਣ ਤੂੰ ਐਵੇਂ ਮੈਨੂੰ ਗਰਮੀ ਛੱਡਦਾ ਬਣਾ ਤਾਂ ਆਪ ਹੀ ਛੱਡਦਾ ਬਣਾ ਓਏ ਅੰਮਾ ਆਪਾਂ ਤਾਂ ਆਦੀ ਟਰਾਈ ਕਰਦੇ ਬਣੇ ਗਰਮੀ ਹੋਵੇ ਤਾਂ ਭਾਵੇਂ ਸਰਦੀ ਹੋਵੇ ਹੁਣ ਲੱਗਦਾ ਆਪਾਂ ਨੂੰ ਦਾਣੇ ਲਾਉਣੇ ਪਉਸਣ ਮਿਹਨਤਾਂ ਕਰਨੀਆਂ ਪਉਸਣ ਮਜ਼ਦੂਰੀਆਂ ਕਰਨੀਆਂ ਚਲੋ ਬਹਰਾਲ ਆਪਾਂ ਵੀ ਹੱਕ ਹਲਾਲ ਦੀ ਕਰਕੇ ਖਾਈਏ ਤਾਂ ਕਿ ਆਪਣਾ ਵੀ ਕੁਝ ਬਣ ਜਾਵੇ ਚੋਰ ਦਾ ਡੀਵਾ ਨਹੀਂ ਬਣਦਾ ਮਾਲਕਾਂ ਦਾ ਮੋੜ ਵੀ ਵਾਜ ਜਾਂਦਾ ਜਿਨ੍ਹਾਂ ਨੂੰ ਭਾਵੇਂ ਸੱਤ ਵਾਰੀ ਲੁੱਟ ਲੈਂਦੇ ਆ ਅਸੀਂ ਚੱਲ ਬਾਹ ਜਾ ਮੇਰਾ ਪੁੱਤਰ ਇਹ ਪਹਿਲੇ ਇਹ ਸੋਚਿਆ चोरी दा माल नहीं खाना होंदा तू चुप करके अंडा रख लिया तो मैनू शाबाश दित्ती मैनू आदत पै गई मेरे वड्डे चोर दा खून मेरे चा मैं तेन चोरी तो लावना ही लावना अम्मा मैनू लगता है आपां नूं खून चेंज करवा लेना चाहिए आज तो सारे निशाने खता चले गए बाकी एक गल है सुगरा मैं तौबा कर ली अम्मा भी तौबा कर ली हूं असि मेहनत मजदूरी कर सा हक हलाल का काम कर सी बरकत उसी भावे थोड़ी आ जाए यदि भी तौर से तौबा कर लीए पर एक गल मैं तू दस जे तेरे को मौके लैन ओ क्यों लाए नी रमजिया जब दे कारो दिन फद मोबाइल चाक लै गई है तेरे नाल नंबर ते नंबर लड़ाया छू ऐ कॉल चलती पी आपां इत्थे जो गल करनी उहनूं सुणिंदी पई है सुगरा तेरा जिन फदिया पिया है आ जा आंदे रो पहला खफ दीजी बैठी आ काले मुंह वाले मोबाइल चाह लिया अम्मा दा रमजी मेरे कोल बड़ी वड्डी गलती हो गई मैनूं माफ कर जा मारी ना रमजी चाह लेता तन्ने मुंह उत्ते मार अम्मा ਆਪਾਂ ਹੁਣ ਤਾਂ ਬਾਹਰ ਤੋਬਾ ਕਰਕੇ ਆਏ ਆ ਸੁਗਰੀ ਤੇਰੀ ਇਸ ਗਲਤੀ ਨੇ ਸਾਡੀ ਤੋਬਾ ਕਰਾ ਦਿੱਤੀ ਹੈ ਅਸੀਂ ਅਗਾਂ ਤੋਂ ਬਾਅਦ ਹੱਕ ਹਲਾਲ ਦੀ ਰੋਜ਼ੀ ਕਮਾਵਾਂਗੇ ਹੱਕ ਹਲਾਲ ਦੀ ਖਾਵਾਂਗੇ ਇਹ ਤੇਰੀ ਗਲਤੀ ਨਹੀਂ ਇਹ ਤੇਰਾ ਕਾਰਨਾਮਾ ਹਾਏ ਹਾਂ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।